ਬਾਬਾ ਤੁਹਾਡੀ ਨਾ ਕੱਲ ਨਾ ਉਹ ਵੀਡੀਓ ਆਈ ਸੀ ਮੈਨੂੰ, ਮੈਂ ਮੇਰੇ ਕੋਲ ਨੰਬਰ ਫੀਡ ਨਹੀਂ ਸੀਗਾ ਜੀ ਤੁਹਾਡਾ। ਕੌਣ ਬੋਲਦੇ ਹੋ ਭਾਈ? ਮੈਂ ਜੀ ਬਾਬਾ ਕਲਜੀਤ ਸਿੰਘ ਬੋਲਦਾ, ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨ ਦਲ ਫੌਜ ਬਾਬਾ ਮੇਜਰ ਸਿੰਘ ਸੋਢੀ ਜਹੇਦਾਰ ਦੁਆਬਾ ਜੂਨ। ਹਾਂਜੀ ਹਾਂਜੀ, ਹੋਰ ਜਣਾਓ ਕੀ ਹਾਲ ਚਾਲ, ਚੜ੍ਹਦੀ ਕਲਾ ਬਾਬਾ ਜੀ? ਕਿਰਪਾ ਸਤਿਗੁਰਾਂ ਦੀ ਜੀ। ਹਾਂਜੀ ਹੋਰ ਹੋਰ ਜਣਾਓ ਨਵੀਂ ਤਾਜੀ। ਅੱਛਾ ਕੀ ਬਾਬਾ ਨਰਾਇਣ ਸਿੰਘ ਹੁਣ ਕਿਹੜੀ ਜੇਲ੍ਹ ਚ? ਪੁੱਤਰ ਰਿਮਾਂਡ ਤੇ ਚੱਲਦੇ ਆ ਜੀ। ਅੱਛਾ ਰਿਮਾਂਡ ਤੇ ਚੱਲਦੇ ਆ। ਬਾਬਾ ਕਿੰਨੀ ਕੁ ਜਥੇਬੰਦੀ ਪੁਰਾਣੀ ਹੈ ਜੀ ਬਾਬਾ ਨਰਾਇਣ ਸਿੰਘ ਦੀ? ਸਾਡੇ ਨਾਲ ਤਾਂ ਤੁਰਦਾ ਫਿਰਦਾ ਰਿਹਾ ਇਹ, ਹੁਣ ਜੇ ਇਹਨੇ ਪਹਿਲਾਂ ਦਸ਼ਮੇਸ਼ ਸਾਡੇ ਨਾਲ ਤੁਰਿਆ ਫਿਰਦਾ ਸੀ, ਹੁਣ ਜੇ ਇਹਨੇ ਬੁੱਢਾ ਮਿਸਲ ਪਾ ਨਹੀਂ ਕਹਿ ਸਕਦੇ ਸਰ ਜੀ, ਇਹ ਗੱਲ ਅਸੀਂ ਨਹੀਂ ਕਹਿ ਸਕਦੇ। ਠੀਕ ਹੈ ਤੁਹਾਡਾ ਆਪਣਾ ਮਜ਼ਾ, ਦੇਖੋ ਬਾਬਾ ਨਰਾਇਣ ਸਿੰਘ ਜਿਹੜੇ ਤੁਰੇ ਨੇ ਉਹ ਆਪਣੇ ਆਪਣੇ ਆਪਦੇ ਆਪ ਜਵਾਬ ਦੇਣਗੇ, ਇਹ ਚੀਜ਼ ਅਸੀਂ ਨਹੀਂ ਕਹਿ ਸਕਦੇ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ, ਜਿਹੜਾ ਵੀ ਚੱਲਿਆ ਉਹ ਗੁਰੂ ਦਾ ਬਾਣਾ ਪਾ ਕੇ ਚੱਲਿਆ ਹੋਇਆ, ਇਹਨਾਂ ਧਿਆਨ ਰੱਖਿਓ। ਬਾਬਾ ਜੀ ਹੱਟ ਮੇਰੀ ਗੱਲ ਦੇ, ਜੇ ਕੋਈ ਸਾਡੇ ਲਾਇਕ ਸੇਵਾ ਸਾਨੂੰ ਦੱਸੋ ਜੀ, ਸਿੰਘ ਬਾਰਡਰ ਦੇ ਵਿੱਚ ਤੁਸੀਂ ਆ ਜਾਓ ਭਾਈ। ਮੈਂ ਤੁਹਾਨੂੰ ਬਾਬਾ ਜੀ ਦੋ ਮੇਰੀ ਗੱਲ ਸੁਣੋ, ਮੈਂ ਇੱਕ ਵਾਰ ਮੇਰੀ ਗੱਲ ਸੁਣੋ, ਮੈਂ ਹਾਲੇ ਸਾਧੂ ਸਮਾਜ ਚ ਵਿਚੇ ਹੀ ਹੈ ਨੀ, ਮੈਨੂੰ ਤਾਂ ਬਾਬਾ ਮਾਨ ਸਿੰਘ ਜੀ ਜੋ ਸੰਬੰਧਿਤ ਜਥੇਬੰਦੀਆਂ ਉਹ ਤਾਂ ਕੋਈ ਇੱਥੇ ਹੈ ਹੀ ਨੀ, ਤੇ ਤੁਸੀਂ ਕਹੀ ਜਾਂਦੇ ਆ ਵੀ ਸਾਰੀਆਂ ਜਥੇਬੰਦੀਆਂ ਉੱਥੇ ਬੈਠੀਆਂ, ਸਾਰੀਆਂ ਜਥੇਬੰਦੀਆਂ ਬੈਠੀਆਂ, ਦੱਸੋ ਕਿਹੜਾ ਬਿਧੀ ਚੰਦੀਆਂ ਦਾ ਬੈਠਾ, ਕਿਹੜਾ ਦਸ਼ਮੇਸ਼ ਤਾਨਾ ਦਲ ਦਾ ਬੈਠਾ, ਕਿਹੜਾ ਬੁੱਢੇ ਦਲ ਦਾ ਬੈਠਾ, ਕਿਹੜਾ ਬੈਠਾ, ਦੱਸੋ ਤਾਂ ਸਹੀ ਨਾ ਤੁਸੀਂ। ਤੁਸੀਂ ਸਾਰੀਆਂ ਜਥੇਬੰਦੀਆਂ ਨੂੰ ਬਦਨਾਮ ਡਏ ਆ ਕਰਨ ਉੱਥੇ ਬਹਿ ਕੇ, ਜਦੋਂ ਤੁਹਾਨੂੰ ਕਹੀ ਜਾਂਦੇ ਆ ਵੀ ਭਾਈ ਇੱਥੋਂ ਚੱਲ ਜਾਓ ਚੱਲ ਜਾਓ, ਤੁਸੀਂ ਉੱਥੇ ਬੈਠੇ ਕੀ ਕਰਦੇ ਆ? ਮੈਂ ਫੋਨ ਕੱਟ ਗਿਆ। ਬਾਬਾ ਮਨ ਸਿੰਘ ਜੀ ਬੋਲਦੇ ਆ ਭਾਈ, ਦੱਸੋ। ਬਾਬਾ ਜੀ ਤੁਹਾਡੀ ਨਾ ਕੱਲ ਨਾ ਉਹ ਵੀਡੀਓ ਆਈ ਸੀ ਮੈਨੂੰ, ਮੈਂ ਮੇਰੇ ਕੋਲ ਨੰਬਰ ਫੀਡ ਨਹੀਂ ਸੀਗਾ ਜੀ ਤੁਹਾਡਾ। ਕੌਣ ਬੋਲਦੇ ਹੋ ਭਾਈ? ਮੈਂ ਜੀ ਬਾਬਾ ਕਲਜੀਤ ਸਿੰਘ ਬੋਲਦਾ, ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨ ਦਲ ਫੌਜ ਬਾਬਾ ਮੇਜਰ ਸਿੰਘ ਸੋਢੀ ਜਹੇਦਾਰ ਦੁਆਬਾ ਜੂਨ। ਹਾਂਜੀ ਹਾਂਜੀ, ਹੋਰ ਜਣਾਓ ਕੀ ਹਾਲ ਚਾਲ, ਚੜ੍ਹਦੀ ਕਲਾ ਬਾਬਾ ਜੀ? ਕਿਰਪਾ ਸਤਿਗੁਰਾਂ ਦੀ ਜੀ। ਹਾਂਜੀ ਹੋਰ ਹੋਰ ਜਣਾਓ ਨਵੀਂ ਤਾਜੀ। ਅੱਛਾ ਕੀ ਬਾਬਾ ਨਰਾਇਣ ਸਿੰਘ ਹੁਣ ਕਿਹੜੀ ਜੇਲ੍ਹ ਚ? ਪੁੱਤਰ ਰਿਮਾਂਡ ਤੇ ਚੱਲਦੇ ਆ ਜੀ। ਅੱਛਾ ਰਿਮਾਂਡ ਤੇ ਚੱਲਦੇ ਆ। ਬਾਬਾ ਕਿੰਨੀ ਕੁ ਜਥੇਬੰਦੀ ਪੁਰਾਣੀ ਹੈ ਜੀ ਬਾਬਾ ਨਰਾਇਣ ਸਿੰਘ ਦੀ? ਸਾਡੇ ਨਾਲ ਤਾਂ ਤੁਰਦਾ ਫਿਰਦਾ ਰਿਹਾ ਇਹ, ਹੁਣ ਜੇ ਇਹਨੇ ਪਹਿਲਾਂ ਦਸ਼ਮੇਸ਼ ਸਾਡੇ ਨਾਲ ਤੁਰਿਆ ਫਿਰਦਾ ਸੀ, ਹੁਣ ਜੇ ਇਹਨੇ ਬੁੱਢਾ ਮਿਸਲ ਪਾ ਨਹੀਂ ਕਹਿ ਸਕਦੇ ਸਰ ਜੀ, ਇਹ ਗੱਲ ਅਸੀਂ ਨਹੀਂ ਕਹਿ ਸਕਦੇ। ਠੀਕ ਹੈ ਤੁਹਾਡਾ ਆਪਣਾ ਮਜ਼ਾ, ਦੇਖੋ ਬਾਬਾ ਨਰਾਇਣ ਸਿੰਘ ਜਿਹੜੇ ਤੁਰੇ ਨੇ ਉਹ ਆਪਣੇ ਆਪਣੇ ਆਪਦੇ ਆਪ ਜਵਾਬ ਦੇਣਗੇ, ਇਹ ਚੀਜ਼ ਅਸੀਂ ਨਹੀਂ ਕਹਿ ਸਕਦੇ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ, ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ, ਜਿਹੜਾ ਵੀ ਚੱਲਿਆ ਉਹ ਗੁਰੂ ਦਾ ਬਾਣਾ ਪਾ ਕੇ ਚੱਲਿਆ ਹੋਇਆ, ਇਹਨਾਂ ਧਿਆਨ ਰੱਖਿਓ। ਬਾਬਾ ਜੀ ਹੱਟ ਮੇਰੀ ਗੱਲ ਦੇ, ਜੇ ਕੋਈ ਸਾਡੇ ਲਾਇਕ ਸੇਵਾ ਸਾਨੂੰ ਦੱਸੋ ਜੀ, ਸਿੰਘ ਬਾਰਡਰ ਦੇ ਵਿੱਚ ਤੁਸੀਂ ਆ ਜਾਓ ਭਾਈ। ਮੈਂ ਤੁਹਾਨੂੰ ਬਾਬਾ ਜੀ ਦੋ ਮੇਰੀ ਗੱਲ ਸੁਣੋ, ਮੈਂ ਇੱਕ ਵਾਰ ਮੇਰੀ ਗੱਲ ਸੁਣੋ, ਮੈਂ ਹਾਲੇ ਸਾਧੂ ਸਮਾਜ ਚ ਵਿਚੇ ਹੀ ਹੈ ਨੀ, ਮੈਨੂੰ ਤਾਂ ਬਾਬਾ ਮਾਨ ਸਿੰਘ ਜੀ ਜੋ ਮੌਜੂਦਾ ਹੈਲੋ ਸੰਬੰਧਿਤ ਜਥੇਬੰਦੀਆਂ ਉਹ ਤਾਂ ਕੋਈ ਇੱਥੇ ਹੈ ਹੀ ਨੀ, ਤੇ ਤੁਸੀਂ ਕਹੀ ਜਾਂਦੇ ਆ ਵੀ ਸਾਰੀਆਂ ਜਥੇਬੰਦੀਆਂ ਉੱਥੇ ਬੈਠੀਆਂ, ਸਾਰੀਆਂ ਜਥੇਬੰਦੀਆਂ ਬੈਠੀਆਂ, ਦੱਸੋ ਕਿਹੜਾ ਬਿਧੀ ਚੰਦੀਆਂ ਦਾ ਬੈਠਾ, ਕਿਹੜਾ ਦਸ਼ਮੇਸ਼ ਤਾਨਾ ਦਲ ਦਾ ਬੈਠਾ, ਕਿਹੜਾ ਬੁੱਢੇ ਦਲ ਦਾ ਬੈਠਾ, ਕਿਹੜਾ ਬੈਠਾ, ਦੱਸੋ ਤਾਂ ਸਹੀ ਨਾ ਤੁਸੀਂ। ਤੁਸੀਂ ਸਾਰੀਆਂ ਜਥੇਬੰਦੀਆਂ ਨੂੰ ਬਦਨਾਮ ਡਏ ਆ ਕਰਨ ਉੱਥੇ ਬਹਿ ਕੇ, ਜਦੋਂ ਤੁਹਾਨੂੰ ਕਹੀ ਜਾਂਦੇ ਆ ਵੀ ਭਾਈ ਇੱਥੋਂ ਚੱਲ ਜਾਓ ਚੱਲ ਜਾਓ, ਤੁਸੀਂ ਉੱਥੇ ਬੈਠੇ ਕੀ ਕਰਦੇ ਆ? ਮੈਂ ਫੋਨ ਕੱਟ ਗਿਆ।